दो गोलियां मारियां मुंडे दे इत्थे किन्ने मारियां आ पट्टी ने पता नहीं तिन्ना च किसे ने इकने मारी मेरे साले दे राहुल दे नाम चार कैमरे ये इन्हां दे इत्थे सब कुछ इन्हां ने डिलीट कर देना ये ਪੰਜਾਬ ਵਿੱਚ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਿਆਸੀ ਧਿਰਾਂ ਵੱਲੋਂ ਵੱਡੇ ਸਵਾਲ ਚੁੱਕੇ ਜਾਂਦੇ ਹਨ ਅਤੇ ਆਏ ਦਿਨ ਹੀ ਸਮਾਜ ਵਿਰੋਧੀ ਤਾਕਤਾਂ ਦੇ ਹੌਸਲੇ ਬੁਲੰਦ ਹੁੰਦੇ ਦਿਖਾਈ ਦੇ ਰਹੇ ਹਨ। ਅੰਮ੍ਰਿਤਸਰ ਵਿੱਚ ਸਵੇਰੇ ਤੜਕਸਾਰ ਹੀ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਰਾਹੁਲ ਦੇ ਜੀਜੇ ਗੌਰਵ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੌਰਵ ਵਿਆਹ ਸ਼ਾਦੀਆਂ ਦੇ ਵਿੱਚ ਸਜਾਵਟ ਦਾ ਕੰਮ ਕਰਦਾ ਹੈ। ਅੱਜ ਜਦ ਉਹ ਅਮਨ ਐਵੀਨਿਊ ਵਿਖੇ ਕੁਝ ਸਮਾਨ ਲੈਣ ਆਇਆ ਤਾਂ ਭੱਟੀ ਨਾਮ ਦੇ ਵਿਅਕਤੀ ਨੇ ਆਪਣੇ ਤਿੰਨ ਲੜਕਿਆਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਸੰਬੰਧ ਵਿੱਚ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਅੰਮ੍ਰਿਤਸਰ ਤੋਂ ਰਜਵਿੰਦਰ ਮਿੱਠਾ ਦੀ ਖਾਸ ਰਿਪੋਰਟ, ਡੇਲੀ ਨਿਊਜ਼ ਪੰਜਾਬੀ। ਗੌਰਵ ਹੈ ਤੇ ਅੱਜ ਪਤਾ ਨਹੀਂ ਇਹਨਾਂ ਸਮਾਨ ਲੈਣਾ ਆ ਸਾਡੇ ਕਿੱਥੇ ਗੋਦਾਮ ਕੰਮ ਕਰਦੇ ਵਿਆਹ ਸ਼ਾਦੀਆਂ ਦਾ ਤੇ ਸਮਾਨ ਲੈਣਾ ਇੱਥੇ ਰਾਹੁਲ ਮੇਰਾ ਸਾਲਾ ਤੇ ਇੱਥੇ ਮੁੰਡਾ ਖਲੋ ਗਿਆ ਆ ਕੇ ਦੋ ਮਿੰਟ ਗੱਲ ਕਰਨ ਲੱਗਾ। ਠੀਕ ਹੈ ਜੇ ਗੱਲ ਗੁੱਲ ਕਰ ਲਈਏ ਤੇ ਕੀ ਹੋਇਆ ਕਿ ਇਹਨੇ ਖਲੋ ਕੇ ਕਹਿੰਦਾ ਤੂੰ ਸਾਡੇ ਮੁਹੱਲੇ 'ਚ ਵੀ ਨਹੀਂ ਖਲੋਣਾ ਤੂੰ ਕੌਣ ਹੁੰਦਾ ਭੱਟੀ ਇਹਦਾ ਮੁੰਡਾ ਤੇ ਤਿੰਨੋਂ ਮੁੰਡੇ ਕਹਿੰਦਾ ਤੂੰ ਸਾਡੇ ਮੁਹੱਲੇ 'ਤੇ ਨਹੀਂ ਖਲੋਣਾ ਕਿਉਂ ਸਮਾਨ ਲੈਣ ਆਇਆ ਡੈਕੋਰੇਸ਼ਨ ਦਾ ਚਲੋ ਚੱਲਾ ਸੀ ਘਰ ਮੇਰੇ ਘਰ ਵੀ ਬਚਪਨ ਸਾਡਾ ਇੱਥੇ ਨਿਕਲਿਆ ਖਲੋ ਨਹੀਂ ਸਕਦਾ ਘਰ ਬਾਰ ਵਿੱਚ ਤੇ ਇਹਨੇ ਸਾਨੂੰ ਉਹਨੇ ਕੁੱਟਿਆ ਪਹਿਲੇ ਇੱਥੇ ਲੰਮੇ ਭਾਗ ਤਿੰਨ ਚਾਰ ਜਿਹਨੇ ਭੱਟੀ ਹੋਣਾ ਨੇ ਤਿੰਨੋਂ ਮੁੰਡਿਆਂ ਨੇ ਤੇ ਉਹ ਪੁੱਤ ਤਿੰਨੋਂ ਹੀ ਵੀਡੀਓ ਇਹਨਾਂ ਦੇ ਇੱਥੇ ਸਰ ਕੈਮਰਾ ਜੇ ਇਹਨਾਂ ਕੋਲ ਚਾਰ ਕੈਮਰੇ ਜੇ ਇਹਨਾਂ ਦੇ ਇੱਥੇ ਸਭ ਕੁਛ ਜੇ ਇਹਨਾਂ ਨੇ ਡਿਲੀਟ ਕਰ ਦੇਣਾ ਜੇ ਇਹਨਾਂ ਨੇ ਕੁਝ ਨਹੀਂ ਕਰਨਾ ਹੁਣ ਕੀ ਗੱਲਬਾਤ ਕੀ ਹੋਇਆ ਕੀ ਹੁਣ ਦੋ ਗੋਲੀਆਂ ਮਾਰੀਆਂ ਮੁੰਡੇ ਦੇ ਇੱਥੇ ਕਿੰਨੇ ਮਾਰੀਆਂ ਆ ਭੱਟੀ ਨੇ ਪਤਾ ਨਹੀਂ ਤਿੰਨਾਂ ਚ ਕਿਸੇ ਨੇ ਇੱਕਨੇ ਮਾਰੀ ਮੇਰੇ ਸਾਲੇ ਦੇ ਰਾਹੁਲ ਦੇ ਕੰਮ ਕਰਦਾ ਸੀ ਸਾਡੇ ਨਾਲ ਹੀ ਵਿਆਹ ਸ਼ਾਦੀ ਨਾਲ ਕੰਮ ਕਰਦਾ ਸੀ ਕਾਹਦੀ ਰੰਜਿਸ਼ ਚ ਗੋਲੀ ਮਾਰੀ ਰੰਜਿਸ਼ ਮਤਲਬ ਐਸੀ ਪੈਸੇ ਪੂਸੇ ਲੈਣੇ ਸੀ ਇਹਨਾਂ ਨੇ ਤੇ ਆਪਾਂ ਉਹਨਾਂ ਨੂੰ ਮਕਾਨ ਵੀ ਦੇ ਚੁੱਕੇ ਜਿਹੜਾ 13-14 ਲੱਖ ਦਾ ਮਕਾਨ ਸੀ ਤਿੰਨ ਲੱਖ ਰੁਪਏ ਪਹਿਲੇ ਕਰਜ਼ਾਈ ਸੀ ਕੇਸ ਕਚਹਿਰੀ ਲੱਗਾ ਹੋਇਆ ਸੀ ਮੰਗ ਸਾਨੂੰ ਕਾਰ ਪੂਰੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਪੈਸੇ ਮਕਾਨ ਵੀ ਖੋਲੇ ਰੰਜਿਸ਼ ਨੇ ਬੰਦਾ ਮਾਰਤਾ ਸਾਡਾ ਤੇ ਸਾਨੂੰ ਕਹਿੰਦੇ ਤੁਸੀਂ ਇੱਥੇ ਨਹੀਂ ਵੜਨਾ ਜੀ ਹੁਣ ਦੱਸੋ ਘਰ ਨਾ ਵੜੀਏ ਕਿੱਥੇ ਨਾ ਵੜੀਏ ਠੀਕ ਹੈ ਇਹਨੇ ਪਹਿਲਾਂ ਸਾਡੇ ਕੋਲ ਧੋਖੇ ਨਾਲ ਸਾਰ ਸੀਗਾ ਫਿਰੋਜੀ ਕਲੀ ਵਾਲਾ ਇਹਨੇ ਸਾਡੇ ਤੋਂ ਧੋਖੇ ਨਾਲ ਜੜਪ ਕਰ ਲਿਆ ਇਹਨੇ ਸੋਨੂੰ ਪੱਟੀ ਨੇ ਸਾਡੇ ਤੋਂ ਸੈਨ ਕਰਾ ਲਏ ਸਾਡੇ ਸ਼ਰੀਫੀ ਦਾ ਨੇ ਫਾਇਦਾ ਚੱਕਿਆ ਸਾਈਨ ਕਿਉਂ ਕਰਾਏ ਸੈਨ ਇਹਨੇ ਇਸ ਕਰਕੇ ਕਰਾਏ ਪਹਿਲੇ ਸਾਨੂੰ ਪੈਸੇ ਦਿੰਦਾ ਰਿਹਾ ਅੰਦਰ ਵਾੜ ਵਾੜ ਕੇ ਥੋੜੇ ਥੋੜੇ ਪੈਸੇ ਦਿੰਦਾ ਰਿਹਾ ਬਿਆਜੀ ਫਿਰ ਇਹਨੇ ਹੁਣ ਸਾਡੇ ਹੱਥੋਂ ਮਕਾਨ ਖੋਇਆ ਹੁਣ ਸਾਡਾ ਮੁੰਡਾ ਖੋ ਲਿਆ ਇਹਨੇ ਸਾਡੇ ਨਾਲ ਨਿਵੇਰੀ ਦੁਸ਼ਮਣੀ ਅੱਜ ਕੀ ਹੈ ਅੱਜ ਤਾਂ ਮੈਨੂੰ ਹੁਣੇ ਪਤਾ ਲੱਗਾ ਇੱਥੇ ਆਏ ਸੀ ਮੈਂ ਨਹੀਂ ਸੀ ਹੈਗੀ ਇਹ ਮੁੰਡਾ ਹੈਗਾ ਸੀ ਸਾਡਾ ਇੱਥੇ ਇੱਥੇ ਉਹਨਾਂ ਨੇ ਦੋ ਦਿਨ ਚ ਬੇੜਾ ਮਾਰੀਆਂ ਕਿੰਨਾ ਤੇ ਉਹ ਐ ਨਹੀਂ ਹੋਣਾ ਨਹੀਂ ਅੱਛਾ ਤੇ ਮੁੱਕੇ ਹੀ ਛਡਾ ਗਏ ਉਹਨਾਂ ਨੂੰ ਛਡਾ ਕੇ ਭੇਜਿਆ ਵੀ ਪੁੱਤਰ ਜੇ ਛੋਟਾ ਬੱਚਾ ਜਾਣ ਦੇ ਯਾਰ ਉਹਨੂੰ ਮੈਂ ਬਚਾ ਕੇ ਛਡਾ ਕੇ ਨਾਲ ਇਹਦਾ ਸੁਨੀਲ ਵੀ ਸੀ ਤੇ ਉਹਨੂੰ ਇਹ ਕੇ ਬਚਾ ਘਰ ਉਹਨੂੰ ਹੀ ਆ ਭੇਜਿਆ ਘਰ ਉਸ ਤੋਂ ਬਾਅਦ ਕੀ ਹੋਇਆ ਸਾਨੂੰ ਨਹੀਂ ਪਤਾ ਉਸ ਤੋਂ ਬਾਅਦ ਤਾਂ ਨਹੀਂ ਸਾਨੂੰ ਪਤਾ ਉਹ ਬਾਅਦ ਦੀ ਗੱਲ ਹੈ ਇਹ ਦੋ ਵਾਰੀ ਹੋਈ ਉਸ ਤੋਂ ਇਹ ਇੱਥੇ ਗੋਲੀ ਚੱਲੀ ਆ ਤੇ ਕਿਹੜੀ ਜਗ੍ਹਾ ਗੋਲੀ ਚੱਲੀ ਇਹ ਅਮਨ ਐਵੀਨਿਊ ਕਿਤੇ ਵੱਲੋਂ ਚਲਾਈ ਗਈ ਜੀ ਕਰ ਰਹੇ ਵੈਰੀਫਾਈ ਬੰਦੇ ਅਰੈਸਟ ਕੀਤੇ ਆ ਅਸੀਂ ਕਿੰਨੇ ਬੰਦੇ ਅਰੈਸਟ ਕੀਤੇ ਜੀ ਅਰੈਸਟ ਕੀਤੇ ਆ ਹੁਣ ਇਹ ਪਤਾ ਕਰਦੇ ਆ ਵੀ ਕਿੰਨੇ ਗੋਲੀ ਚੱਲੀ ਕਿੰਨੇ ਬੰਦੇ ਅਰੈਸਟ ਕੀਤੇ ਜੀ ਅਸੀਂ ਕੀਤੇ ਆ ਬੰਦੇ ਅਰੈਸਟ ਜਿੰਨ ਤੇ ਸ਼ਾਕਾ ਜਾਂ ਜਿਨ੍ਹਾਂ ਨੇ ਮਰਡਰ ਕੀਤਾ ਮੈਨੂੰ ਨਾਂ ਨੂੰ ਦਾ ਤੁਸੀਂ ਨਾਂ ਦੱਸੋ ਮੈਨੂੰ ਕਿਤੇ ਤੇ ਗੋਲੀ ਚਲਾਈ ਗਈ ਜੀ ਹਜੇ ਕੋਈ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ ਭਾਈ ਮੁੰਡਾ ਮਰ ਗਿਆ ਸਟੇਟਮੈਂਟ ਨਹੀਂ ਹਜੇ ਦਿੱਤੀ ਕਿਸੇ ਨੇ ਕਿੰਨੀਆਂ ਗੋਲੀਆਂ ਚਲਾਈ ਮੈਂ ਹਾਂ ਜੇ ਇਹਨਾਂ ਸਟੇਟਮੈਂਟ ਨਹੀਂ ਦਿੱਤੀ ਮੁੰਡੇ ਦੀ ਡੈਥ ਹੋ ਗਈ ਆ ਉਹ ਅਸੀਂ ਹਾਂ ਹਾਂ ਕਿੰਨੇ